ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਜੀ। ਮੈਂ ਤੁਹਾਡਾ ਆਪਣਾ ਟੀਮ ਕੁਟਨੀਜਾ ਵੀ ਮਿੱਤਰੋ ਵੀ ਇੱਥੇ ਲੰਗਰ ਦੀ ਟਰਾਲੀ ਜਾਣੀ ਆ ਅੱਗੇ ਅਤੇ ਬੜੇ ਤਰੀਕੇ ਨਾਲ ਕਿਸਾਨ ਵੀਰਾਂ ਨੇ ਇੱਥੇ ਆਪਣੇ ਨੇ ਮੋਰਚਾ ਕੱਢਿਆ ਪਿਆ ਸੀਗਾ ਵੀ ਇੱਥੇ ਜਿਹੜੀ ਆਪਾਂ ਲੋਸਮੈਂਟਾਂ ਕਰਦੇ ਸੀਗੇ ਤਾਂ ਹੁਣ ਉਹ ਵੀਰ ਇੱਥੇ ਪਹੁੰਚੇ ਆ ਅਤੇ ਕਹਿੰਦੇ ਵੀ ਲੰਗਰ ਲੈ ਕੇ ਅੱਗੇ ਜਾਣਾ ਵਾ, ਲੰਗਰ ਦੀ ਲੋੜ ਆ ਅੱਗੇ ਅਤੇ ਹੁਣ ਉਹ ਸਾਰੇ ਵੀਰ ਲੰਗਰ ਖਵਾ ਰਹੇ ਆ ਅਤੇ ਲਿਹਾਜ ਲਿਆ ਕੇ ਅਤੇ ਇੱਥੋਂ ਫਿਰ ਲੰਗਰ ਲਿਆਉਣਾ ਔਖਾ ਹੋ ਜਾਂਦਾ ਜਿੱਦਾਂ ਹੁਣ ਫਿਰ ਰਾਹ ਬੰਦ ਕੀਤਾ ਸੀ ਨਾ ਪਟਰਾਕੇ ਲੰਘਣ ਦਿੰਦੇ ਉਹ ਹੁਣ ਫਿਰ ਟਰੱਕ ਲੰਘਾਉਣ ਡਏ ਆ, ਉਹ ਗੱਡੀ ਲੰਗਰ ਵਾਲੀ ਗੱਡੀ ਲੰਘਾਉਣ ਲੱਗੇ ਆ ਅਤੇ ਪ੍ਰਧਾਨ ਜੀ ਕਰ ਰਹੇ ਅਗਵਾਈ। ਗੱਡੀ ਲੰਗਰ ਵਾਲੀ ਲੰਗਰ ਦੀ ਸੇਵਾ ਲੈ ਕੇ ਜਾ ਰਹੇ ਜੀ, ਲੰਗਰ ਵਰਤਾਉਣ ਆਏ ਸਾਰੇ। ਚੱਲ ਵੀ ਚੱਲ ਭਗਵਾਨ ਜੀ ਕਰ ਰਿਹਾ ਅਗਵਾਈ। ਪ੍ਰਧਾਨ ਜੀ ਨਾਲ ਸਾਰਾ ਹੀ ਕੰਮ ਕਰਾ ਦਿੱਤਾ ਅੱਗੇ ਅਤੇ ਇੱਦਾਂ ਸਾਰੀ ਗੱਲਬਾਤ ਚਲੋ ਹੁਣ ਅੱਗੇ ਦੇਖਦੇ ਹਾਂ ਸਾਰੇ ਚੀਜ਼ਾਂ ਸਾਰੀਆਂ ਗੱਲਾਂ ਦਾ ਅੱਗੇ ਅੱਗੇ ਤੁਹਾਨੂੰ ਦੱਸਿਆ ਵੀ ਧਿਆਨ ਰੱਖਦੇ ਜਾਣਾ ਸਾਰੇ ਬੰਨੇ ਜਿੱਥੇ ਨਿਗਾਹ ਹੀ ਮਾਰਦੇ ਜਾਂਦੇ ਵੀ ਕਿੱਧਰ ਕੀ ਹੁੰਦਾ ਤੁਹਾਨੂੰ ਪਤਾ ਵੀ ਹੁਣ ਧਿਆਨ ਰੱਖਣ ਦਾ ਕਹਿ ਤਾ ਸਾਰੇ ਬੰਨੇ, ਹੁਣ ਇੱਧਰ ਬੰਦਿਆਂ ਦਾ ਇਕੱਠ ਜਾਇਆ ਦੇਖਦੇ ਕੀ ਹੋਇਆ ਇੱਧਰ ਚੱਲ ਕੇ। ਹੁਣ ਭਲਵਾਨ ਜੀ ਇੱਥੇ ਕੇਲੇ ਬੱਚਿਆਂ ਨੂੰ ਜਿਹੜੇ ਆ ਕਬੱਡੀ ਪਲੇਅਰ ਆਏ ਸੀਗੇ ਥੋੜ੍ਹੇ ਜਿਹੇ ਕੇਲੇ ਸੇਵਾ ਕਰਕੇ ਗਏ ਆ ਤਾਂ ਕਹਿੰਦੇ ਵੀ ਤੁਸੀਂ ਖਾ ਲਿਓ ਅਤੇ ਉਹ ਫਿਰ ਵੀ ਚਲੋ ਬੱਚਿਆਂ ਨੂੰ ਹੈਗਾ ਚਲੋ ਤੁਰੇ ਫਿਰਦੇ ਨੂੰ ਜਿੰਨੇ ਵੀ ਬੱਚੇ ਇੱਥੇ ਘੁੰਮ ਰਹੇ ਫਿਰਦੇ ਆ ਵੀ ਚਲੋ ਖਾ ਪੀ ਲੈਣਗੇ ਕਿਉਂਕਿ ਨਿਆਣੇ ਇੱਕ ਰੱਬ ਦਾ ਰੂਪ ਆ। ਭਲਵਾਨ ਹੋਣੀ ਹਰੇਕ ਚੀਜ਼ ਦੀ ਧਿਆਨ ਰੱਖਦੇ ਹੋਏ ਅਤੇ ਇੱਥੇ ਸਾਡੇ ਭਾਣ ਲੰਗੇ ਤੋਂ ਸਰਪੰਚ ਸਾਹਿਬ ਉਹਨਾਂ ਨੇ ਮੋਰਚੇ ਗੱਡੇ ਪਏ ਜੀ ਅਤੇ ਆ ਟਰਾਲੀ ਦੇ ਵਿੱਚ ਦੇਖ ਲਓ ਤੁਸੀਂ ਭਾਣ ਲੰਗੇ ਤੋਂ ਟਰਾਲੀ ਤਿਆਰ ਕਰਾ ਕੇ ਲਿਆਏ ਆ ਅਤੇ ਮੈਂ ਕਿਹਾ ਨਾਲ ਸਾਰਾ ਦੱਸਦੇ ਪੂਰੇ ਸੌਣ ਦਾ ਬਹਿਣ ਦਾ ਅਰੇਂਜਮੈਂਟ ਪੂਰਾ ਆ ਅਤੇ ਖਾਣ ਪੀਣ ਦੇ ਵੀ ਅਰੇਂਜਮੈਂਟ ਕਰਕੇ ਨਾਲ ਤੁਰੇ ਆ ਅਤੇ ਪਿੰਡ ਬੈਡਰੂਮ ਆ। ਹਾਂਜੀ ਹਾਂਜੀ ਬੈਡਰੂਮ ਆ ਜੀ ਅਤੇ ਆਪਣੇ ਪਿੰਡਾਂ ਵਿੱਚ ਲੋਸਮੈਂਟਾਂ ਵੀ ਕਰਾਈਆਂ ਸੀ ਉਦੋਂ ਇਹਨਾਂ ਨੇ ਵੀ ਜੇ ਕਿਸੇ ਨੇ ਨਾਲ ਜਾਣਾ ਚਾਹਵੇ ਅਤੇ ਭਾਣ ਲੰਗੇ ਤੋਂ ਟਰਾਲੀਆਂ ਜਾ ਰਹੀਆਂ ਤਾਂ ਨਾਲ ਚੱਲੋ ਅਤੇ ਜਿੰਨੇ ਫੇਰ ਪਿੰਡੋਂ ਆ ਰਿਹਾ ਬੰਦੇ ਆਪਣੇ ਠੀਕ ਹੈ ਉੱਪਰ ਵੀ ਕਰ ਲਓ ਜੀ ਜੇ ਕੱਲ ਨੂੰ ਕਿਸੇ ਨੇ ਆਉਣਾ ਹੋਵੇ ਤੇ ਸੰਪਰਕ 98 141 71 171 ਯਰਮਨ ਸਿੰਘ ਸਰਪੰਚ ਕਲਾਰ ਉਹ ਆ ਰਹੇ ਆ ਕੱਲ ਨੂੰ ਟੋਗਾਵਾਲ ਤੋਂ ਆ ਰਹੀ ਆ ਟਰਾਲੀ ਟੋਗਾਵਾਲ ਤੋਂ ਟਰਾਲੀ ਸਰਪੰਚ ਸੰਪਰਕ ਕੀਤਾ ਟੋਗਾ ਨੂੰ ਕਹਿੰਦੀ ਆ ਰਹੀ ਭਲਾ ਕਿਹਦੇ ਚਾਹਦੇ ਤੂੰ ਕੱਲ ਟੋਗਾ ਤੋਂ ਰੇਵਣੇ ਦਸਾਈ ਫੋਨ ਕਰਦੀ ਮੈਂ ਕਿਹਾ ਟੋਗਾ ਦਾ ਟਰਾਲੀ ਕੱਲ ਆ ਰਹੀ ਆ ਟੋਗਾ ਦਾ ਪਿੰਡ ਆਪਣੇ ਲੱਗੇ ਹੀ ਆ ਭਾਣ ਲੰਗੇ ਦੇ ਨਾਲ ਹੀ ਟੋਗਾ ਵਾਲਾ ਹਾਂਜੀ ਹਾਂਜੀ ਤੇ ਭਾਣ ਲੰਗੇ ਤੋਂ ਨਾਲ ਹੀ ਟੋਗਾ ਵਾਲ ਤੋਂ ਟਰਾਲੀ ਮੈਂ ਆ ਰਹੀ ਆ ਭਾਣ ਲੰਗੇ ਤੋਂ ਸਰਪੰਚ ਸਾਹਿਬ ਪਹੁੰਚੇ ਹੋਏ ਆ ਅਤੇ ਆਪਣੇ ਵੀਰ ਉੱਥੇ ਨਾਲ ਹੀ ਸਾਰੇ ਅਤੇ ਠੀਕ ਹੈ ਜੀ ਕੱਲ੍ਹ ਨੂੰ ਰੇਸ਼ਮ ਸਿੰਘ ਜੀ ਵੀ ਆ ਰਹੇ ਜੀ ਭਾਣ ਲੰਗੇ ਤੋਂ ਸਮਾਨ ਲੈ ਕੇ ਅਤੇ ਮੈਂ ਕਿਹਾ ਚਲੋ ਸਾਰਿਆਂ ਨੂੰ ਦੱਸ ਦਈਏ ਦੇਖ ਲਓ ਜਿਹੜੇ ਮੇਰੇ ਵੀਰ ਘਰੇ ਬੈਠੇ ਆ ਨਿਕਲੋ ਮਾੜਾ ਮੋਟਾ ਤਰਸ ਕਰੋ ਆ ਜਾਓ। ਬਿਲਕੁਲ ਬਿਲਕੁਲ ਸਹੀ ਗੱਲਾਂ ਭਾਅ ਜੀ ਨਿਕਲਣਾ ਚਾਹੀਦਾ ਘਰਾਂ 'ਚੋਂ ਅੱਜ ਨਹੀਂ ਨਿਕਲਣਾ ਕਦੋਂ ਨਿਕਲਣਾ ਦੇਖ ਲਓ ਟਰਾਲੀ ਸਰਪੰਚ ਸਾਹਿਬ ਲੈ ਕੇ ਆਏ ਆ ਅਤੇ ਮੇਰਾ ਖਿਆਲ ਦੋ ਟਰੱਕ ਕਰ ਦਈਏ ਅਤੇ ਇੱਕ ਟਰਾਲੀ ਬਣਦੀ ਆ ਵੀ ਐਡੀ ਲੰਮੀ ਆ ਵੀ ਇੰਨਾ ਅਰੇਂਜਮੈਂਟ ਇਹਨਾਂ ਨੇ ਕੀਤਾ ਸੀਗਾ ਅਤੇ ਨਾਲ ਦੇਖ ਲਓ ਰੱਸੀਆਂ ਵੀ ਪਾਈਆਂ ਵੀ ਜੇ ਆਪਾਂ ਨੂੰ ਕੱਪੜੇ ਲੀੜੇ ਵੀ ਧੋ ਕੇ ਫੁੱਲਣੇ ਅਤੇ ਨਾਲ ਹੀ ਸਾਰਾ ਅਰੇਂਜਮੈਂਟ ਦੇਖ ਲਓ ਉੱਪਰ ਤਰਪਾਲਾਂ ਪਾ ਕੇ ਬੈੱਡ ਬਣਾਇਆ ਅਤੇ ਆਹ ਟਰੈਕਟਰ ਆ ਜੀ ਅਤੇ ਲੈ ਕੇ ਉੱਥੋਂ ਦੇਖ ਲਓ ਚੱਲੇ ਆ ਪਿੰਡ ਭਾਣ ਲੰਗਾ ਤੋਂ
तो लॉस मिंटा कराते हैं पिंडा में जो एक दी भी दोल जाने पैणगे तो आप लैके चलोंगे। तो अज सानू बड़ी खुशी होंगी असं वो भरावान इतने जुड़े आ के मिलते हैं जेडे अपने लोकल एरिए बड़ी खुशी होंगी आ क्योंकि किसानी के दर्द को समझते हुए तो एक पिंड के मोहतवार होने के नाते भी तो फिर सारे के मोहरे आके खड़े हो जाते हैं। जो पिंडा चो आपू भी सारे साथ देना चाहिए रल मिल के जिन्ना भी दे सकते वो तो वो आप दईए तो इतने आ के मोर्चे के एकजुट मुठ तो लागे लागे आंढ़ गुआढ़ पिंडा का सबूत दईए तो ये सबूतों के नाल ही आप फिर सारे जागृत कर सकते क्योंकि आप जागेंगे तो फिर ही सारे जागणगे। तो वाहेगुरू जी का खालसा तो वाहेगुरू जी की फतेह जी।